ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਮੈਨੂੰ ਦੇਖ ਰਹੇ ਹੋ ਰੋਲਿੰਗ ਫਰੇਮਸ ਇੰਟਰਟੇਨਮੈਂਟ ਚੈਨਲ 'ਤੇ। ਇਸ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਹੋਰ ਵੀ ਕਵਿਤਾਵਾਂ ਤੁਹਾਨੂੰ ਦੇਖਣ ਨੂੰ ਸੁਣਨ ਨੂੰ ਮਿਲਣ। ਅੱਜ ਮੈਂ ਗੱਲ ਕਰਾਂਗਾ ਦੋਸਤੋ ਕਿ ਕਿੱਦਾਂ ਇੱਕ ਜਦੋਂ ਇਨਸਾਨ ਦੀ ਚੇਤਨਾ ਜਾਗਦੀ ਹੈ ਤਾਂ ਉਸਨੂੰ ਪਤਾ ਚੱਲਦਾ ਹੈ ਕਿ ਰੂਹ ਦਾ ਸਫ਼ਰ ਕਿੰਨਾ ਲੰਬਾ ਹੋ ਗਿਆ, ਕਿੰਨੇ ਜਨਮ ਲੈ ਕੇ ਉਹ ਧਰਤੀ 'ਤੇ ਆਉਂਦਾ, ਹਰ ਜੀਵ ਜਨਮ ਲੈ ਕੇ ਧਰਤੀ 'ਤੇ ਆਉਂਦਾ। ਤਾਂ ਜਦੋਂ ਚੇਤਨਾ ਜਾਗਦੀ ਹੈ ਤਾਂ ਕਿੱਦਾਂ ਉਹ ਆਪਣੇ ਇਹਨਾਂ ਚੀਜ਼ਾਂ ਨੂੰ ਬਿਆਨ ਕਰਦਾ ਹੈ। ਸੋ ਇਹ ਵਿਚਾਰ ਕੁਛ ਕਵਿਤਾ ਦੇ ਰੂਪ ਵਿੱਚ ਮੈਂ ਲਿਖੇ ਨੇ, ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ। ਕਵਿਤਾ ਦਾ ਨਾਮ ਹੈ ਰੂਹ ਦਾ ਸਫ਼ਰ। ਟੁੱਟਦੇ ਤਾਰੇ ਦੀ ਤਕਦੀਰ ਬਾਕੀ ਏ, ਅੰਬਰ ਰੋਸ਼ਨ ਹੋਇਆ ਉਸਦੀ ਲਕੀਰ ਬਾਕੀ ਏ, ਹਰ ਘਰ ਹੀ ਪੁੱਤ ਮੰਗੇ ਧੀਆਂ ਦੀ ਕਿੱਥੇ ਜ਼ਕੀਰ ਬਾਕੀ ਏ, ਜਿਉਂਦੇ ਜੀ ਹੀ ਮਰ ਗਿਆ ਬੰਦਾ ਕਿੱਥੇ ਉਸ 'ਚ ਫਕੀਰ ਬਾਕੀ ਏ, ਅੰਬਰ ਰੋਸ਼ਨ ਹੋਇਆ ਉਸਦੀ ਲਕੀਰ ਬਾਕੀ ਏ। ਮੈਂ ਪੁੱਛਿਆ ਰੱਬ ਕੋਲੋਂ ਰੂਹ ਦਾ ਸਫ਼ਰ ਲਮੇਰਾ ਕਿਉਂ, ਮੈਂ ਪੁੱਛਿਆ ਰੱਬ ਕੋਲੋਂ ਰੂਹ ਦਾ ਸਫ਼ਰ ਲਮੇਰਾ ਕਿਉਂ, ਹਰ ਜਨਮ ਹੀ ਸਰੀਰ ਬਾਕੀ ਏ, ਇਹ ਤਾਣਾ ਬਾਣਾ ਕੁਦਰਤਾ ਪਰਚਾਇਆ ਬਸ ਦੁਨਿਆਵੀ ਤਕਦੀਰ ਬਾਕੀ ਏ, ਅੰਬਰ ਰੋਸ਼ਨ ਹੋਇਆ ਉਸਦੀ ਲਕੀਰ ਬਾਕੀ ਏ। ਸੋ ਦੋਸਤੋ, ਜਦੋਂ ਕਿਸੇ ਰੂਹ ਦੀ ਚੇਤਨਾ ਜਾਗਦੀ ਹੈ ਤਾਂ ਉਹ ਆਪਣੇ ਆਪ ਨਾਲ ਸਵਾਲ ਕਰਦੀ ਹੈ ਅਤੇ ਪਰਮਾਤਮਾ ਨਾਲ ਸਵਾਲ ਕਰਦੀ ਹੈ ਕਿ ਹਰ ਜਨਮ ਸਰੀਰ ਹੀ ਬਾਕੀ ਹੈ, ਇਹ ਰੂਹ ਦਾ ਸਫ਼ਰ ਖਤਮ ਕਿਉਂ ਨਹੀਂ ਹੁੰਦਾ। ਹਰ ਇੰਟਲੈਕਚੁਅਲ ਬੰਦਾ, ਹਰ ਸੂਫੀ ਫਕੀਰ, ਸਾਧੂ ਸੰਤ, ਜੋ ਵੀ ਉਸ ਰੱਬ ਨੂੰ ਪਾਉਣ ਦੇ ਨੇੜੇ ਪਹੁੰਚਿਆ ਹੈ, ਉਹ ਇਹ ਸਵਾਲ ਜ਼ਰੂਰ ਉਠਾਏਗਾ ਆਪਣੇ ਆਪ ਅੱਗੇ ਵੀ ਅਤੇ ਪਰਮਾਤਮਾ ਅੱਗੇ ਵੀ। ਸੋ ਮੈਨੂੰ ਉਮੀਦ ਹੈ ਤੁਹਾਨੂੰ ਇਹ ਕਵਿਤਾ ਬਹੁਤ ਸੋਹਣੀ ਲੱਗੀ ਹੋਊਗੀ। ਹੋਰ ਵੀ ਕਵਿਤਾਵਾਂ ਸੁਣਨ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਰੋਲਿੰਗ ਫਰੇਮਸ ਇੰਟਰਟੇਨਮੈਂਟ ਚੈਨਲ, ਅਤੇ ਆਪਣੇ ਕਮੈਂਟ ਜ਼ਰੂਰ ਭੇਜਿਓ, ਸਾਨੂੰ ਪੜ੍ਹ ਕੇ ਖੁਸ਼ੀ ਹੋਏਗੀ। ਸਤਿ ਸ਼੍ਰੀ ਅਕਾਲ ਦੋਸਤੋ, ਥੈਂਕ ਯੂ।